ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਅੱਜ ਵੀ ਕੋਸ਼ਿਸ਼ ਕਰਾਂਗੇ, ਜਿਵੇਂ ਸਾਡੇ ਪ੍ਰੋਗਰਾਮ ਦਾ ਨਾਂ ਹੈ ਜੀ, ਦੇਸ਼ ਤੋਂ ਪ੍ਰਦੇਸ਼ ਜਾਣ ਵਾਲੇ ਸਟੂਡੈਂਟਸ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਹੈ। ਸੋ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਅੱਜ ਵੀ ਇੱਕ ਨਵੇਂ ਟੌਪਿਕ ਦੇ ਨਾਲ, ਨਵੇਂ ਸਵਾਲ ਜਵਾਬ ਦੇ ਨਾਲ, ਬਟ ਆਪਣੇ ਪੁਰਾਣੇ ਐਕਸਪਰਟ ਦੇ ਨਾਲ ਫਿਰ ਮੌਜੂਦ ਹਾਂ ਜੀ। ਅੱਜ ਜਿਹੜੇ ਐਕਸਪਰਟ ਮੇਰੇ ਨਾਲ ਮੌਜੂਦ ਨੇ, ਉਹਨੇ ਜੀ ਰੈਫਲਸ ਐਜੂਸਿਟੀ ਤੋਂ ਸਵਰਨ ਸੰਧੂ ਜੀ, ਸਵਾਗਤ ਕਰਦੀ ਪਹਿਲੇ ਉਹਨਾਂ ਦਾ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸੰਧੂ ਸਾਹਿਬ ਸਾਡੇ ਨਾਲ ਨੇ, ਤੁਹਾਨੂੰ ਪਤਾ ਹਮੇਸ਼ਾ ਅਸੀਂ ਸੰਧੂ ਸਾਹਿਬ ਨਾਲ ਕੈਨੇਡਾ ਬਾਰੇ ਬੜੀਆਂ ਖੱਟੀਆਂ ਮਿੱਠੀਆਂ ਅਤੇ ਟਰਾਂਸਪੇਰੈਂਟ ਗੱਲਾਂ ਕਰਦੇ ਹਾਂ। ਕੱਲ੍ਹ ਕਈਆਂ ਨੂੰ ਮਾੜੀਆਂ ਵੀ ਲੱਗਦੀਆਂ ਹੋਣੀਆਂ, ਖਾਸ ਕਰ ਏਜੰਟਾਂ ਨੂੰ ਜਿਹੜੇ ਕੁਛ ਵੀਰ ਸਾਡੇ ਸ਼ੋਅ ਵੇਖਦੇ ਨੇ, ਬਟ ਹੁੰਦੀਆਂ ਖਰੀਆਂ ਨੇ ਤਾਂ ਸੱਚੀਆਂ ਨੇ। ਅੱਜ ਉਹ ਗੱਲਾਂ ਕੈਨੇਡਾ ਬਾਰੇ ਤਾਂ ਕਰਾਂਗੇ ਹੀ, ਬਟ ਜਿਵੇਂ ਸਾਨੂੰ ਇਹ ਵੀ ਪਤਾ ਵੀ ਸੰਧੂ ਸਾਹਿਬ ਦੀ ਜਿਹੜੀ ਰੈਫਲਸ ਐਜੂਸਿਟੀ ਕੰਪਨੀ ਹੈ, ਇਹ ਸਿਰਫ ਕੈਨੇਡਾ ਹੀ ਡੀਲ ਨਹੀਂ ਕਰਦੀ, ਨਿਊਜ਼ੀਲੈਂਡ ਸੰਬੰਧੀ ਵੀ ਸਰਵਿਸਿਜ਼ ਦਿੰਦੀ ਹੈ, ਪਲੱਸ ਆਸਟ੍ਰੇਲੀਆ ਸੰਬੰਧੀ ਵੀ। ਮੈਂ ਸ਼ੁਰੂਆਤ ਦੇ ਵਿੱਚ ਸਿਰਫ ਉਹਨਾਂ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਵੀ ਪ੍ਰੈਜੈਂਟ ਸਿਨੈਰੀਓ ਨਿਊਜ਼ੀਲੈਂਡ ਦਾ ਅਤੇ ਆਸਟ੍ਰੇਲੀਆ ਦਾ ਕੀ ਦੇਖ ਰਹੇ ਨੇ, ਉਹਦਾ ਨਾਲ ਐਕਸਪੀਰੀਅੰਸ ਕੀ ਕਹਿੰਦਾ, ਕੀ ਕਹਿਣਾ ਸੰਧੂ ਸਾਹਿਬ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ। ਜਿਹੜਾ ਆਸਟ੍ਰੇਲੀਆ ਦਾ ਕਰੰਟ ਸਿਨੈਰੀਓ ਜੋ ਮੈਂ ਦੇਖ ਰਿਹਾ ਜੀ, ਪਹਿਲਾਂ ਪਿੱਛੇ ਜੇ ਇੱਕ ਨਿਊਜ਼ ਆਈ ਸੀਗੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਹੈਗੇ ਆ ਵੀਜ਼ਾਸ ਐਕਸੈਪਟ ਕਰਨੇ, ਸਰਟੀਫਿਕੇਟ 12th ਗ੍ਰੇਡ ਦਾ ਐਕਸੈਪਟ ਕਰਨਾ ਬੰਦ ਕਰ ਦਿੱਤਾ ਆਸਟ੍ਰੇਲੀਆ ਗਵਰਨਮੈਂਟ ਨੇ। ਉਸ ਤੋਂ ਥੋੜ੍ਹੀ ਦੇਰ ਬਾਅਦ ਵਿੱਚ ਵਿੱਚ ਕੋਈ ਨਿਊਜ਼ ਪੇਪਰ 'ਤੇ ਤਾਂ ਨਹੀਂ ਆਇਆ, ਬਟ ਹਾਂ ਇੱਕ ਦੋ ਏਜੰਟਾਂ ਨੇ ਜ਼ਰੂਰ ਐਡ ਦੇਣੀ ਸ਼ੁਰੂ ਕਰ ਦਿੱਤੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਫਿਰ ਖੁੱਲ੍ਹ ਗਿਆ। ਐਕਚੁਅਲ ਦੇ ਵਿੱਚ ਮੈਂ ਆਸਟ੍ਰੇਲੀਆ ਬਾਰੇ ਇੱਕ ਗੱਲ ਬਹੁਤ ਕਲੀਅਰ ਕਰਨੀ ਚਾਹੁੰਦਾ ਜੀ, ਤਿੰਨੋਂ ਕੰਟਰੀਜ਼ ਬਾਰੇ, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਕੈਨੇਡਾ, ਕਿ ਪਹਿਲਾਂ ਵੀ ਨਾ ਕੁਛ ਸਾਡੇ ਏਜੰਟਸ ਦੇ ਵਿੱਚ ਕੁਛ ਇਹੋ ਜਿਹੀ ਇੱਕ ਲੌਬੀ ਹੈ, ਹਰ ਇੱਕ ਨਾ, ਜਿਵੇਂ ਹੁਣ ਤੁਸੀਂ ਆਈ ਪੀ ਐੱਸ ਆਫਿਸਰ ਦੇਖ ਲਓ, ਆਈ ਸੀ ਐੱਸ ਦੇਖ ਲਓ, ਪੁਲਿਸ ਦੇਖ ਲਓ, ਪੋਲੀਟੀਸ਼ੀਅਨ ਦੇਖ ਲਓ, ਹਰ ਇੱਕ ਡਿਵੀਜ਼ਨ ਦੇ ਵਿੱਚ, ਡਿਪਾਰਟਮੈਂਟ 'ਚ ਕੁਛ ਲੌਬੀ ਹੁੰਦੀ ਹੈ ਜੀ, ਜਿਹੜੀ ਆਪਣੇ ਤਰੀਕੇ ਨਾਲ ਕੰਮ ਕਰਦੀ ਆ। ਸਾਡੇ ਏਜੰਟਸ ਦੇ ਵਿੱਚ ਵੀ ਇੱਕ ਲੌਬੀ ਆ, ਜਿੰਨੇ ਵੀ ਏਜੰਟਸ ਨੇ, ਉਹ ਲੌਬੀ ਦਾ ਜਿਹੜਾ ਪਰਪਜ਼ ਆ, ਉਹ ਪਰਪਜ਼ ਇਹ ਹੈ ਕਿ ਵੀਜ਼ਾ ਕਿਸੇ ਵੀ ਬੱਚੇ ਦਾ ਲੱਗੇ ਭਾਵੇਂ ਵੀਜ਼ਾ ਨਾ ਲੱਗੇ, ਇੱਕ ਮਿਨੀਮਮ ਅਮਾਊਂਟ ਉਹਨਾਂ ਕੋਲ ਹਰ ਇੱਕ ਵਾਕਇਨ ਦੀ, ਜਿਹੜਾ ਵੀ ਬੰਦਾ ਚੱਲ ਕੇ ਉਹਨਾਂ ਦੇ ਆਫਿਸ ਦੇ ਵਿੱਚ ਆ ਗਿਆ, ਉਸ ਵਾਕਇਨ ਦੇ ਵਿੱਚੋਂ ਇੱਕ ਮਿਨੀਮਮ ਅਮਾਊਂਟ, ਲੈਟ ਸੇ 50,000 ਰੁਪਇਆ ਔਨ ਐਵਰੇਜ ਫਿਗਰ ਉਹਨਾਂ ਕੋਲ ਬਣ ਜਾਵੇ, ਅਤੇ 100 ਇੱਕ ਮਹੀਨੇ ਦੇ ਵਿੱਚ 100 ਸਟੂਡੈਂਟ ਇਹੋ ਜਿਹੇ ਆ ਜਾਣ ਜਿਹੜੇ ਉਹਨਾਂ ਨੂੰ 50,000 ਦੇ ਜਾਣ, ਅਤੇ ਮਹੀਨੇ ਦਾ 50 ਲੱਖ ਬਣ ਜਾਵੇ, 2 ਮਹੀਨੇ ਇਹੋ ਜਿਹੇ ਲੱਗਣ ਅਤੇ 1 ਕਰੋੜ ਰੁਪਇਆ ਬਣ ਜਾਵੇ। ਠੀਕ ਹੈ ਜੀ, ਵੀਜ਼ਾ ਲੱਗਦਾ ਨਹੀਂ ਲੱਗਦਾ ਉਹ ਮੈਟਰ ਨਹੀਂ ਕਰਦਾ, ਕਿਉਂਕਿ ਜਿਹੜੀ ਦੋ ਤਰ੍ਹਾਂ ਨਾਲ ਇਹ ਇਮੀਗ੍ਰੇਸ਼ਨ ਕੰਪਨੀਜ਼ ਕੰਮ ਕਰਦੀਆਂ ਨੇ ਜੀ, ਇੱਕ ਤਾਂ ਜਿਵੇਂ ਅਸੀਂ ਰੈਫਲਸ ਐਡੂਸਿਟੀ ਦੇ ਵਿੱਚ ਕੰਮ ਕਰਦੇ ਹਾਂ, ਮਤਲਬ ਕੋਈ ਬੱਚਾ ਆਉਂਦਾ, ਹਾਂਜੀ ਤੁਸੀਂ ਜਾ ਸਕਦੇ ਹੋ, ਤੁਸੀਂ ਨਹੀਂ ਜਾ ਸਕਦੇ, ਦੈਟਸ ਇਟ, ਕਲੀਅਰ ਕੱਟ, ਬਲੈਕ ਐਂਡ ਵਾਈਟ। ਆ ਵੀਜ਼ਾ ਹੀ ਨਹੀਂ ਹੋਣਾ ਕੈਨੇਡਾ ਦਾ, ਜਿੱਥੇ ਮਰਜ਼ੀ ਚਲੇ ਜਾਓ, ਲਵਾਉਣਾ ਜਲੰਧਰ ਬੱਸ ਸਟੈਂਡ 'ਤੇ ਚਲੇ ਜਾਓ, ਜੇ ਕੋਈ ਜ਼ਿਆਦਾ ਹੀ ਕਹਿੰਦੇ ਆ ਸਾਨੂੰ ਜੀ ਗਰੰਟੀ ਦਿਓ, ਆ ਦਿਓ, ਉਹ ਦਿਓ, ਅਸੀਂ ਕਹਿੰਦੇ ਸੋਰੀ ਜੀ ਤੁਹਾਡਾ ਵੀਜ਼ਾ ਨਹੀਂ ਲੱਗ ਸਕਦਾ, ਤੁਸੀਂ ਜਾਓ, ਕਿਉਂਕਿ ਵੀਜ਼ਾ ਤੋਂ ਪਹਿਲਾਂ ਕੋਈ 25,000 40,000 50,000 ਲੈਣਾ ਹੀ ਨਹੀਂ, ਜਦੋਂ ਵੀਜ਼ਾ ਤੋਂ ਪਹਿਲਾਂ ਪੈਸੇ ਹੀ ਨਹੀਂ ਲੈਣੇ, ਫਿਰ ਫਾਲਤੂ ਦੀ ਪ੍ਰੋਫਾਈਲ ਨੂੰ ਐਕਸੈਪਟ ਕਰਨ ਦਾ ਕੋਈ ਫੰਡ ਨਹੀਂ ਬਣਦਾ, ਕਿਉਂਕਿ ਵਿਹਲੇ ਤਾਂ ਬੈਠੇ ਨਹੀਂ, ਮਤਲਬ ਸੋਸ਼ਲ ਸਰਵਿਸ ਤਾਂ ਐਡਮਿਨਿਸਟ੍ਰੇਸ਼ਨ ਕੋਸਟ ਵੀ ਪੈਂਦੀ ਆ ਜੀ। ਇਸ ਲਈ ਸਾਡਾ ਕੰਮ ਸਿੱਧਾ ਹੈ ਜੀ ਕਿ ਆਫਿਸ ਦੇ ਵਿੱਚ ਲੜਕੀਆਂ ਨੂੰ, ਸਟਾਫ ਨੂੰ ਇਹ ਸਮਝਾਇਆ ਹੋਇਆ, ਇਹ ਨਹੀਂ ਜੀ ਹੋ ਸਕਦਾ, ਸੋਰੀ ਸਰ ਤੁਹਾਡਾ ਕੈਨੇਡਾ ਨਹੀਂ ਹੋ ਸਕਦਾ। ਹੁਣ ਇਹੋ ਜਿਹੇ ਬੱਚੇ ਜਿਨ੍ਹਾਂ ਦਾ ਕੈਨੇਡਾ ਹੋ ਸਕਦਾ, ਜਿਨ੍ਹਾਂ ਦਾ ਨਿਊਜ਼ੀਲੈਂਡ ਹੋ ਸਕਦਾ, ਅਮਨ ਜੀ ਉਹ ਹੈਗੇ ਨੇ 20-30% ਜਿਨ੍ਹਾਂ ਦਾ ਹੋ ਸਕਦਾ, ਜਿਹੜੇ ਕੁਆਲੀਫਾਈ ਕਰਦੇ ਆ, ਜਿਹੜੇ ਕਿ 6 ਬੈਂਡ 6.5 ਬੈਂਡ ਲੈ ਲੈਂਦੇ ਆ, ਉਹ 20-30% ਨੇ। 60-70% ਉਹ ਲੋਕ ਨੇ ਜੀ ਜਿਹੜੇ ਡਿਸਐਟ ਕੁਆਲੀਫਾਈ ਹੁੰਦੇ ਨੇ, ਜਿਹੜੇ ਡਿਸਕੁਆਲੀਫਾਈ ਹੁੰਦੇ ਨੇ, ਜਿਹੜੇ ਜਿਨ੍ਹਾਂ ਦਾ ਹੋ ਨਹੀਂ ਸਕਦਾ। ਹੁਣ ਅਗਰ ਦੇਖਿਆ ਜਾਵੇ ਤਾਂ ਦੋ ਸੈਗਮੈਂਟਸ ਦੇ ਵਿੱਚੋਂ ਇੱਕ ਸੈਗਮੈਂਟ ਤਾਂ ਉਹ ਆ ਜਿਹੜੇ ਪੜ੍ਹੇ ਲਿਖੇ ਆ, ਐਜੂਕੇਟਡ ਆ, ਉਹ ਨਾ ਤਾਂ ਤੁਹਾਨੂੰ ਐਕਸਟਰਾ ਪੈਸੇ ਦੇਣਗੇ, ਨਾ ਉਹ ਤੁਹਾਡੀਆਂ ਗੋਲੀਆਂ ਸੁਣਨਗੇ, ਨਾ ਉਹ ਤੁਹਾਡੀਆਂ ਗੱਲਾਂ 'ਚ ਆਉਣਗੇ, ਕਿਉਂਕਿ ਪੇਰੈਂਟਸ ਵੀ ਪੜ੍ਹਿਆ, ਬੱਚੇ ਵੀ ਪੜ੍ਹੇ, ਐਂਡ ਵੈਲ ਕੁਆਲੀਫਾਈ, ਹੋਮਵਰਕ ਕੀਤਾ ਹੋਇਆ, ਹੋਮਵਰਕ ਕੀਤਾ ਹੋਇਆ, ਔਰ ਉਹਨਾਂ ਨੂੰ ਵੀ ਪਤਾ ਕਿ ਅਸੀਂ ਕੁਆਲੀਫਾਈ ਕਰਦੇ ਹਾਂ, ਸਭ ਤੋਂ ਵੱਡੀ ਗੱਲ ਉਹਨਾਂ ਨੂੰ ਵੀ ਪਤਾ। ਹੁਣ ਰਹਿ ਗਈ ਵੱਡੀ ਸੈਗਮੈਂਟ, 70% ਜਿਹੜੀ 70% 60% ਉਹ ਵੱਡੀ ਸੈਗਮੈਂਟ ਜਿਨ੍ਹਾਂ ਦਾ, ਜਿਨ੍ਹਾਂ ਨੂੰ ਪਤਾ ਕਿ ਸਾਡਾ ਹੋ ਨਹੀਂ ਸਕਦਾ, ਹੁਣ ਪੈਸਾ ਵੀ ਉਹੀ ਖਰਚਣਗੇ, ਉਹ ਕਨਫਿਊਜ਼ ਵੀ ਉਹੀ ਨੇ, ਸਭ ਤੋਂ ਵੱਧ ਕਨਫਿਊਜ਼ ਵੀ ਉਹੀ ਨੇ, ਪੈਸਾ ਵੀ ਸਭ ਤੋਂ ਵੱਧ ਉਹੀ ਖਰਚਣਗੇ। ਉਹ ਜਿਹੜੀ ਵੱਡੀ ਗਿਣਤੀ ਆ, ਉਹ ਇਹਨਾਂ ਏਜੰਟਾਂ ਦੀ ਮਾਰਕੀਟ ਹੀ ਹੋ ਆ, ਸੈਗਮੈਂਟ ਹੀ ਹੋ ਆ, ਕੀ ਕਹਿਣਾ, ਇੱਕ ਐਡਵਰਟੀਜ਼ਮੈਂਟ ਦੇ ਦਿਓ ਜੀ ਮਾਰਕੀਟ ਦੇ ਵਿੱਚ ਕਿ ਹੁਣ ਕੈਨੇਡਾ ਦਾ ਵੀ ਸਪਾਊਸ ਵੀਜ਼ਾ ਲੱਗੂਗਾ, ਸੈਮੀਨਾਰ ਵੀ ਹੋ ਰਹੇ ਨੇ, ਹੁਣ ਕੈਨੇਡਾ ਦਾ ਸਪਾਊਸ ਵੀਜ਼ਾ ਲੱਗੂਗਾ, ਇਹ ਕਹਿ ਕੇ ਇੱਕ ਮਾਰਕੀਟ ਦੇ ਵਿੱਚ ਐਡਵਰਟਾਈਜ਼ਮੈਂਟ ਕਰ ਦੇਣਾ ਤੇ ਇੱਕ ਸੈਮੀਨਾਰ ਰੱਖ ਲੈਣਾ,
ਤੁਸੀਂ ਯਕੀਨ ਕਰੋਗੇ 100 150 200 ਬੰਦਾ ਐਵੇਂ ਇਕੱਠਾ ਹੋ ਜਾਊਗਾ, ਐਵੇਂ ਬਿਨਾ ਮਤਲਬ ਤੋਂ। ਵਰਕ ਪਰਮਿਟ ਦਾ ਅਗਰ ਸੈਮੀਨਾਰ ਦੇ ਦੋ ਤਾਂ 1000 ਬੰਦਾ ਇਕੱਠਾ ਹੋ ਜਾਊਗਾ, ਪੀਆਰ ਦਾ ਦੇ ਦੋ 500 ਬੰਦਾ ਇਕੱਠਾ ਹੋ ਜਾਊਗਾ। ਤੁਸੀਂ ਸਪਾਊਸ ਵੀਜ਼ਾ ਵਾਲੀ ਐਡ ਦੇਤੀ, ਐਡ ਦੇਣ ਤੋਂ ਬਾਅਦ ਸਾਰੇ ਬੱਚਿਆਂ ਤੋਂ 40 40 50 50 ਹਜ਼ਾਰ ਰੁਪਇਆ ਲੈ ਕੇ ਇਕੱਠਾ ਕਰ ਲਿਆ, ਪੈਕੇਜ ਬਣਾ ਲਿਆ ਜੀ, ਤੁਹਾਡਾ 20 ਲੱਖ ਲੱਗੂ, ਤੁਹਾਡਾ 18 ਲੱਖ ਲੱਗੂ, ਤੁਹਾਡਾ 15 ਲੱਖ, ਪਹਿਲਾਂ 50 ਦੇ ਜਾਓ। ਹੁਣ ਹੋਣਾ ਕੀ ਹੈ, ਸਮਾਰਟ ਗੇਮ ਦੇਖੋ ਕੀ ਚੱਲ ਰਹੀ ਹੈ ਜੀ। ਪਤਾ ਆ ਕਿ ਇਹ ਬੱਚੇ ਨੂੰ ਅਸੀਂ ਸਿੱਧਾ ਅਗਰ ਕਹਿਤਾ ਕਿ ਤੂੰ ਕੈਨੇਡਾ ਜਾ ਨਹੀਂ ਸਕਦਾ, ਤੇਰਾ ਸਪਾਊਸ ਨਹੀਂ ਹੋਣਾ, ਵੀ ਤੂੰ ਸਿੱਧਾ ਨਿਊਜ਼ੀਲੈਂਡ ਚਲੇ ਜਾ, ਤਾਂ ਉਹਨੇ ਮੰਨਣਾ ਨਹੀਂ। ਇਹਨੂੰ ਇਹ ਕਹਿ ਕੇ ਇਹਦੀ ਐਡਮਿਸ਼ਨ ਕਰੋ, ਇਹਨੂੰ 50 60 ਹਜ਼ਾਰ ਰੁਪਇਆ ਲੈ ਲਓ, ਫਿਰ ਇਹਨੂੰ ਪੱਥਰ ਚਟਾ ਦਿਓ, ਇੱਕ ਵਾਰ ਲਿਜਾ ਕੇ ਰਿਜੈਕਟ ਕਰਾ ਦਿਓ। ਰਿਜੈਕਟ ਕਰਾਉਣ ਤੋਂ ਬਾਅਦ ਡਾਕੂਮੈਂਟ ਸਾਰੇ ਆਪਣੇ ਕੋਲ ਰੱਖੇ ਹੁੰਦੇ ਨੇ, ਸਾਰਾ ਕੁਝ ਆਪਣੇ ਕੋਲ ਹੁੰਦਾ, ਫਿਰ ਉਹਨੂੰ ਨਿਊਜ਼ੀਲੈਂਡ ਦੇ ਵਿੱਚ ਭੇਜੋ। ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਇੱਥੇ ਸੰਧੂ ਸਾਹਿਬ, ਹੁੰਦਾ ਇਹੀ ਹੈ। ਇਤਰਾਜ਼ ਦੀ ਆਪਣੇ ਆਪ ਨੂੰ ਸਵਾਲ ਪੁੱਛ ਕੇ ਦੇਖਿਓ, ਇੱਕ ਬੱਚਾ ਜਦੋਂ ਕੰਸਲਟੈਂਟ ਕੋਲ ਵਿਜ਼ਿਟ ਕਰਦਾ, ਸਪੋਜ਼ ਸੋਰਨ ਸੰਧੂ ਜੀ ਨੇ, ਕੋਈ ਵੀ ਹੈ, ਆਪਾਂ ਕੰਸਲਟੈਂਟ ਨਹੀਂ ਕਹਿੰਦੇ, ਕਿਸੇ ਕੋਲ ਵੀ ਗਏ, ਉਹਨੇ ਇੱਕ ਸਹੀ ਗਾਈਡ ਕਰਤਾ ਤੁਹਾਨੂੰ, ਜੋ ਸੰਧੂ ਸਾਹਿਬ ਨੇ ਕਿਹਾ ਸੀ ਬਲੈਕ ਐਂਡ ਵਾਈਟ ਕੰਮ ਕਰਦੇ ਹਾਂ ਵੀ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਬਟ ਜਦੋਂ ਉੱਥੇ ਸੈਕਿੰਡ ਆਪਸ਼ਨ ਉਹ ਦੱਸਦੇ ਨੇ ਤੁਹਾਡੇ ਆਇਲਸ ਬੈਂਡ ਜਾਂ ਅਕੈਡਮਿਕਸ, ਉਹਦੇ ਅਕੋਰਡਿੰਗ ਨਹੀਂ ਹੈ, ਹਾਂ ਤੁਹਾਡੇ ਲਈ ਨਿਊਜ਼ੀਲੈਂਡ ਦੀ ਆਪਸ਼ਨ ਹੈ ਜਾਂ ਆਸਟ੍ਰੇਲੀਆ ਦੀ ਆਪਸ਼ਨ ਹੈਗੀ ਹੈ, ਉਦੋਂ ਇੱਕ ਦਿਮਾਗ 'ਚ ਹੁੰਦਾ ਨਹੀਂ ਸ਼ਾਇਦ ਇਹ ਨਹੀਂ ਕਰ ਸਕਦੇ, ਕੈਨੇਡਾ ਹੋਰ ਕੋਈ ਕਰ ਦਊਗਾ। ਐਗਜੈਕਟਲੀ ਜੀ, ਗੱਲ ਕਰਦੇ ਆ ਜੀ, ਸਾਨੂੰ ਬਾਹਰ ਜਾ ਕੇ ਵੀ ਇਹਨਾਂ ਦੇ ਬਸ ਦੀ ਗੱਲ ਨਹੀਂ, ਇਹਨਾਂ ਤੋਂ ਹੋਣਾ ਨਹੀਂ। ਹੁਣ ਜਿਹੜੀ ਉਹ ਲੌਬੀ ਹੈ ਨਾ ਜੀ, ਜਿਨ੍ਹਾਂ ਨੇ 50 50 60 60 ਹਜ਼ਾਰ ਰੁਪਇਆ ਇਕੱਠਾ ਕਰਨਾ, ਉਹ ਲੌਬੀ ਚਾਹੁੰਦੀ ਆ ਕਿ ਤੁਸੀਂ ਉਹਨਾਂ ਕੋਲ ਆਸਟ੍ਰੇਲੀਆ ਅਪਲਾਈ ਕਰੋ, ਕਿਉਂਕਿ ਆਸਟ੍ਰੇਲੀਆ ਹੀ ਇੱਕ ਇਹੋ ਜਿਹੀ ਕੰਟਰੀ ਆ ਜਿਹਦੇ ਵਿੱਚ ਈ ਵੀਜ਼ਾ ਦੇ ਨਾਮ ਤੋਂ ਤੁਹਾਡੇ ਤੋਂ 25 30 ਹਜ਼ਾਰ ਰੁਪਇਆ ਲਿਆ ਜਾ ਸਕਦਾ ਈ ਵੀਜ਼ਾ ਦਾ ਨਾਮ ਲੈ ਕੇ। ਈ ਕੰਟਰੀ ਹੈ ਜਿਹਦੇ ਵਿੱਚ ਫੰਡਸ ਤੁਹਾਡੇ ਸ਼ੋ ਕਰਕੇ 1 1.5 ਲੱਖ ਰੁਪਇਆ ਕਮਾਇਆ ਜਾ ਸਕਦਾ, ਇਹੀ ਕੰਟਰੀ ਹੈ ਜਿਹਦੇ ਵਿੱਚ 30 40 ਹਜ਼ਾਰ ਰੁਪਇਆ ਉੱਪਰੋਂ ਤੁਹਾਡੇ ਕੋਲੋਂ ਬਣਵਾਇਆ ਜਾ ਸਕਦਾ, ਕਿਉਂਕਿ ਤੁਸੀਂ ਡੈਸਪਰੇਟ ਹੋ ਜਾਣ ਲਈ, ਤੁਸੀਂ ਜਾਣਾ ਹੀ ਜਾਣਾ ਆਸਟ੍ਰੇਲੀਆ, ਸਾਡੇ 5 ਬੈਨ ਨੇ, ਕੋਈ ਵੀ ਕਾਲਜ ਲੈ ਦਿਓ, ਕੋਈ ਵੀ ਕੋਰਸ ਲੈ ਦਿਓ, ਉਹਨਾਂ ਨੂੰ ਵੀ ਪਤਾ ਵੀਜ਼ਾ ਤੁਹਾਡਾ ਆਉਣਾ ਨਹੀਂ, ਬਟ ਉਹਨਾਂ ਦਾ 50 ਹਜ਼ਾਰ ਰੁਪਇਆ ਤੋਂ ਲੈ ਕੇ 1 ਲੱਖ 1.5 ਲੱਖ ਰੁਪਏ ਤੱਕ ਬਣਦਾ ਤੁਹਾਡਾ ਆਸਟ੍ਰੇਲੀਆ ਅਪਲਾਈ ਕਰਾਉਣ ਦਾ। ਇਸ ਲਈ ਕੁਝ ਲੋਕ ਐਡਵਰਟਾਈਜ਼ਮੈਂਟ ਕਰਦੇ ਆ ਕਿ ਪੰਜਾਬ ਹੁਣ ਕੋਈ ਨਵੀਂ ਚੀਜ਼ ਜਿਹੜੀ ਇੱਕ SSVF ਕਰਤਾ, ਸਟ੍ਰੀਮ ਸਟੂਡੈਂਟ ਵੀਜ਼ਾ ਫਰੇਮ ਜਿਹੜਾ, ਬਿਲਕੁਲ ਜੀ, ਹਜੇ ਚੱਲਿਆ ਨਹੀਂ ਜੀ, ਹਜੇ ਦੀਆਂ ਕੁਝ ਇਨਸ ਐਂਡ ਆਊਟਸ ਨਹੀਂ ਸਮਝ ਲੱਗੀਆਂ, ਇਹਨੂੰ ਹਜੇ ਵੇਟ ਕਰੋ 4 6 ਮਹੀਨੇ, ਫਿਰ ਇਸ ਤੋਂ ਬਾਅਦ ਸੇਲ ਹੋਣਾ ਤਾਂ ਸ਼ੁਰੂ ਹੋ ਗਿਆ ਸਰ। ਬਿਲਕੁਲ ਹੋ ਗਿਆ ਜੀ, ਇਹ ਤੇ ਮਤਲਬ ਕੁਝ ਵੀ ਚਾਹੀਦਾ ਹੁੰਦਾ ਜੀ ਪੰਜਾਬ ਦੇ ਵਿੱਚ ਨਾ, ਕੁਝ ਵੀ ਚਾਹੀਦਾ ਹੁੰਦਾ ਨਵਾਂ ਦਿਖਾਉਣ ਲਈ, ਕਿਉਂਕਿ ਪੰਜਾਬੀ ਇੱਕ ਚੀਜ਼ ਤੋਂ ਬੋਰ ਹੋ ਜਾਂਦੇ ਆ। ਰਹਿ ਗਈ ਜੀ ਇੱਕ ਹੋਰ ਗੁੱਡ ਨਿਊਜ਼ ਤੁਹਾਨੂੰ ਦੇ ਦਾਂ ਜੀ, ਹਮੇਸ਼ਾ ਟਾਈਮ ਟੂ ਟਾਈਮ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ। ਇੱਕ ਦੂਸਰੀ ਗੁੱਡ ਨਿਊਜ਼ ਤੁਹਾਨੂੰ ਇਹ ਦੇ ਦਿੰਦਾ, ਗੁੱਡ ਨਿਊਜ਼ ਮੈਂ ਤਾਂ ਮਤਲਬ ਨਹੀਂ ਕਹਿਣਾ ਚਾਹੀਦਾ, ਖੈਰ ਸੋਰੀ ਜੀ, ਗਲਤੀ ਮੰਨਦਾ, ਇਹ ਬਹੁਤ ਹੀ ਮਾੜੀ ਨਿਊਜ਼ ਆ, ਬਟ ਚੰਗੇ ਏਜੰਟਾਂ ਲਈ ਗੁੱਡ ਨਿਊਜ਼ ਆ ਜੀ, ਅੱਛੇ ਏਜੰਟਾਂ ਨੇ ਜਿਨ੍ਹਾਂ ਨੇ ਆਪਣੀ ਅੱਛੇ ਤਰੀਕੇ ਨਾਲ ਕੰਮ ਕੀਤਾ ਸੀ, ਔਰ ਉਹਨਾਂ ਲਈ ਗੁੱਡ ਨਿਊਜ਼ ਆ, ਔਰ ਜਿਹੜੇ ਲੋਕਾਂ ਨੇ ਗਲਤ ਕੰਮ ਕੀਤਾ ਸੀ ਔਰ ਜਿਹੜੇ ਏਜੰਟਾਂ ਨੇ ਗਲਤ ਕੰਮ ਕੀਤਾ ਸੀ ਉਹਨਾਂ ਲਈ ਬਹੁਤ ਹੀ ਬੈਡ ਨਿਊਜ਼ ਆ। ਜਿਹੜੇ ਬੱਚੇ ਪਹਿਲਾਂ ਤਾਂ ਹੁਣ ਹੋ ਹੀ ਰਿਹਾ ਤੁਹਾਨੂੰ ਸਾਰਿਆਂ ਨੂੰ, ਹੁਣ ਤਾਂ ਪਤਾ ਲੱਗ ਗਿਆ ਉਹਨਾਂ, ਕਾਫੀ ਏਜੰਟਾਂ ਨੇ ਦੱਸਤਾ ਹੋਣਾ, ਵੀਜ਼ਾ AIP ਅਪਰੂਵਲ ਆਉਣ ਤੋਂ ਬਾਅਦ, ਨਿਊਜ਼ੀਲੈਂਡ ਦਾ ਵੀਜ਼ਾ ਆਉਣ ਤੋਂ ਬਾਅਦ, ਫੀਸ ਭੇਜਣ ਤੋਂ ਬਾਅਦ ਵੀ ਵੀਜ਼ਾ ਰਿਜੈਕਟ ਹੋ ਰਹੇ ਸੀ, ਚਲੋ ਇਹ ਤਾਂ ਪਤਾ ਹੀ ਲੱਗ ਗਿਆ ਸੀ ਸਾਰਿਆਂ ਨੂੰ। 500 ਬੱਚਾ ਉਹਨਾਂ ਨੇ ਆਈਡੈਂਟੀਫਾਈ ਕਰ ਲਿਆ ਹੋਇਆ ਜੀ ਨਿਊਜ਼ੀਲੈਂਡ ਦੇ ਵਿੱਚ, ਜਿਨ੍ਹਾਂ ਨੂੰ ਜਿਹੜੇ ਗਲਤ ਫੰਡਸ ਤੇ ਚਲੇ ਗਏ ਸੀ, ਹੁਣ ਜਿਹੜੇ ਉੱਥੇ ਪਹੁੰਚ ਗਏ ਉਹ ਵੀ ਵਾਪਸ ਆਉਣਗੇ ਜੀ, ਡਿਪੋਰਟ ਕੀਤੇ ਜਾਣਗੇ, ਬਿਲਕੁਲ ਡਿਪੋਰਟ ਕੀਤੇ ਜਾਣਗੇ ਜੀ, ਜਿਨ੍ਹਾਂ 100 ਦੇ ਵਿੱਚੋਂ ਉਹਨਾਂ 500 ਦੇ ਵਿੱਚੋਂ 100 150 ਬੱਚਾ ਜਿਹੜਾ ਰੈਡੀ ਹੈਗਾ ਜੀ ਡਿਪੋਰਟੇਸ਼ਨ ਲਈ, ਜਿਹੜੇ ਕਿ ਉਹ ਸੋਚ ਰਹੇ ਹੁਣ ਅਸੀਂ ਲੀਗਲ ਕਰੀਏ। ਕਈ ਗੁਰਦੁਆਰਿਆਂ ਜਾਂ ਸਿੱਖ, ਮੈਂ ਪੁੱਛਿਆ ਸੀ, ਪੜ੍ਹਿਆ ਸੀਗਾ ਜੀ ਕਿ ਸਿੱਖ ਸੰਸਥਾਵਾਂ ਦੇ ਅੰਡਰ ਉਹ ਕੋਈ ਉਹਨਾਂ ਨੂੰ ਉੱਥੇ ਲਗਾ ਰਹੇ ਨੇ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ, ਹੁਣ ਇਹ ਕੰਮ ਵੀ ਸ਼ੁਰੂ ਹੋ ਰਿਹਾ ਜੀ। ਸੋ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦਾ ਜਿਹੜਾ ਕਰੰਟ ਸਿਨੈਰੀਓ ਚੱਲ ਰਿਹਾ ਉਹ ਕੋਈ ਜ਼ਿਆਦਾ ਵਧੀਆ ਨਹੀਂ ਚੱਲ ਰਿਹਾ। ਨਿਊਜ਼ੀਲੈਂਡ ਬਾਰੇ ਫਿਰ ਕਿਸੇ ਦਿਨ ਸ਼ੋਅ ਕਰਾਂਗੇ ਜੀ ਨੈਕਸਟ ਟਾਈਮ ਤੇ, ਐਕਚੁਅਲ ਦੇ ਵਿੱਚ ਨਿਊਜ਼ੀਲੈਂਡ ਕੌਣ ਜਾ ਸਕਦਾ, ਕੌਣ ਕੰਸਲਟੈਂਟ ਨੇ ਜਿਹੜੇ ਨਿਊਜ਼ੀਲੈਂਡ ਭੇਜ ਸਕਦੇ ਨੇ, ਅਸੀਂ ਇਮੀਗ੍ਰੇਸ਼ਨ ਐਡਵਾਈਜ਼ਰ ਬਣ ਗਏ, ਅਸੀਂ ਲਾਇਸੈਂਸ ਲੈ ਲਿਆ, ਕਰ ਲਿਆ ਉਹ ਕਰ ਲਿਆ, ਇੱਕ ਲਾਅ ਕਰਨ ਨਾਲ LLB ਕਰਕੇ ਕਚਹਿਰੀਆਂ ਦੇ ਵਿੱਚ ਖੋਖਾ ਖੋਲਣ ਨਾਲ ਕੋਈ ਵਕੀਲ ਨਹੀਂ ਬਣਦਾ, ਵਕੀਲ ਬਣਨ ਲਈ ਤੁਹਾਡੇ ਕੋਲ ਐਕਸਪੀਰੀਅੰਸ ਚਾਹੀਦਾ, ਲਾਈਫ ਦਾ ਐਕਸਪੀਰੀਅੰਸ। ਸੋ ਉਹ ਉਹਦੇ ਤੇ ਕਿਸੇ ਟੌਪਿਕ ਤੇ ਗੱਲ ਕਰਾਂਗੇ ਜੀ। ਸੋ ਆਹ ਕਰੰਟ ਸਿਨੈਰੀਓ ਆ ਜਿਹੜਾ ਕਿ ਬਹੁਤ ਹੀ ਗਲਤ ਆ ਨਿਊਜ਼ੀਲੈਂਡ ਦਾ, ਆਸਟ੍ਰੇਲੀਆ ਦਾ। ਨਿਊਜ਼ੀਲੈਂਡ ਦੇ ਵਿੱਚ ਉਹੀ ਬੱਚੇ ਜਾ ਸਕਦੇ ਨੇ ਜਿਨ੍ਹਾਂ ਕੋਲ 6 ਮਹੀਨੇ ਪੁਰਾਣੇ ਆਪਣੇ ਫੰਡਸ ਨੇ ਜਾਂ ਫਿਰ ਫੰਡਸ ਦਾ ਕੋਈ ਪ੍ਰੂਫ ਆ। ਸੋ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੂੰ ਲੈ ਕੇ ਮਨ ਦੇ ਵਿੱਚ ਜੇ ਕੋਈ ਸਵਾਲ ਹੈ, ਕੋਈ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਆਫਿਸਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਉੱਥੇ ਤੁਹਾਨੂੰ ਪ੍ਰੋਪਰਲੀ ਜਾਣਕਾਰੀ ਜਿਹੜੀ ਆ ਅਸੈਸਮੈਂਟ ਕਰਕੇ ਦਿੱਤੀ ਜਾਏਗੀ, ਕੋਈ ਚਾਰਜਸ ਨਹੀਂ ਨੇ ਉਹਦੇ। ਹੁਣ ਮੈਂ ਆਏ ਸਾਡੇ ਐਕਸਪਰਟ ਵੱਲੋਂ ਇੱਕ ਲਾਹਾ ਲੈਣਾ ਚਾਹੁੰਦਾ ਉਹਨਾਂ ਲਈ ਜਿਹੜੇ ਕੈਨੇਡਾ ਬਾਰੇ ਕਨਫਿਊਜ਼ ਨੇ ਸਟੂਡੈਂਟ, ਕਿਉਂਕਿ ਰੈਫਲ ਐਜੂਸਿਟੀ ਆਵੇ, ਕੈਨੇਡਾ ਬਾਰੇ ਗੱਲ ਨਾ ਹੋਵੇ ਤਾਂ ਗੱਲ ਪੂਰੀ ਜੀ ਨਹੀਂ ਲੱਗਦੀ ਵੀ ਸ਼ੋਅ ਹੋਇਆ ਨਹੀਂ। ਸੋ ਸੈਮੀਨਾਰਸ ਨੇ ਜੀ ਹੁਣ ਫਿਰ ਆਉਣ ਵਾਲੇ ਸਮੇਂ ਦੇ ਵਿੱਚ, ਸੰਧੂ ਸਾਹਿਬ ਅਲੱਗ ਅਲੱਗ ਸਮੇਂ ਉਪਰਾਲਾ ਕਰਦੇ ਨੇ, ਲਾਸਟ ਵੀ ਸੈਮੀਨਾਰਸ ਹੋ ਕੇ ਹਟੇ ਨੇ ਤੁਹਾਡੇ ਸ਼ਹਿਰ
हाँ जी, मैं फिर तो इस बार तो चलो खैर बहुत अच्छा लगे जी सारे मिलके। हुन फिर इसलिए जा रहे हैं जी क्योंकि हुन ना वो टाइम आ जिथे बच्चा गाइड या मिस गाइड हुंदा, क्योंकि सारे रिजल्ट आउट हो चुके ने जी। आइलेट्स दे भी रिजल्ट ऑलमोस्ट कई आउट हो चुके, कई आने वाले ने। मेरी इच्छा यही है कि मैं जिन्ना जगह 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 जाके जिन्ना लोगों नु गाइड कर सका, जिन्ना अच्छियां गल्लां दस सका, जिन्ना दी लाइफ बचा सका, जिन्ना दी लाइफ बना सका, वो मैं करा। उसे लड़ी दे तहत जी हुणे असीं जिहड़े सेमिनार खत्म किए ने, हुण थोड़ा अगले तो जी 10 तरीक तो जी 10 जून तो फिर तो साडे जिहड़े सेमिनार्स हो रहे ने। 10 जून तो असीं स्टार्ट करांगे जी जलंधर तो। जलंधर साडा होटल किंग्स है जी, किंग्स होटल बस स्टैंड दे विच 10 जून नू जी साडा पहला सेमिनार जलंधर हो रहा है जी, किंग्स होटल दे विच। 11 तरीक नू फिर असी मोगे जावांगे जी, मोगे साडा वही हैगा जी ऑर्बिट होटल हैगा 11 तरीक नू जी। 12 तरीक नू फिर साडा बठिंडे है जी, बठिंडे फिर सेम होटल है जी कृष्णा कॉन्टीनेंटल दे विच। 13 तरीक नू साडा अमृतसर है जी, 13 तरीक नू अमृतसर दे विच साडा रैफल्स एडू सिटी दे ऑफिस दे विच ही होएगा जी 13 तरीक नू सेमिनार। और 14 तरीक नू फिर जिहड़ा साडा सेमिनार है जी वो असी लुधियाने कर रहे हां फॉर्चून क्लासिक दे विच। हाथ बन के फिर तो बेनती आ सारियां नू कि इस बार भी जिवें हुण तुसी लास्ट सेमिनार्स दे विच दित्ता, क्योंकि हुण तुहाडे कोल टाइम है नहीं, सोच के दसांगे, सलाह करके दसांगे, चलो गल देख लैने आ, रिश्तेदारां नू पुछ लैने आ, नहीं इहजा कुछ भी नहीं हैगा। हुण जदों तुसी सेमिनार्स ते आओगे, 10th दा सर्टिफिकेट, प्लस टू दे सर्टिफिकेट, अगर डीएमसी नहीं आ गया जां आ गया, आ ही गया होना जी हुण तक दा सारियां दा तकरीबन, 10th दा सर्टिफिकेट, प्लस टू दा सर्टिफिकेट, पासपोर्ट दी कॉपी, ये तीन चीजां जरूर लैके आयो। एप्लीकेशन फीस ले आयो नाल, जे वेव ऑफ हुई तां छड़ दांगे, जे वेव ऑफ ना हुई तां लै लांगे जिहड़े जिहड़े कॉलेजेस दीआं यूनिवर्सिटीज दीआं, क्योंकि हुण टाइम एप्लीकेशन फीस दे बारे सोचण दा नहीं है, हुण ते टाइम सीटां दा आ। वो टाइम लंघ गया कि हुण साडे कॉलेज आ रहे ने, हुण कॉलेजेस नहीं आ रहे, हुण कॉलेजेस बंद कर रहे ने अपने दरवाजे। मई दे विच ना जी साडे कोल सितंबर दे वीजे आउणे शुरू हो गए सी। एक गल होर दसनी सी जी, मैं पिछले शो दे विच भी भुल गया, मैनू याद सी कि बहुत ही एक मतलब सावधान करन वाली थोनू खबर हैगी है। बड़ी हैरानीजनक गल है जी, वैसे पहली बार होया आ मेरी हुण तक दी हिस्ट्री दे विच, पहली बार होया आ सितंबर दे वीजा लगे हुए बच्चे मई दे विच जिहड़े उत्थे जा रहे सीगे, दो स्टूडेंट्स मेरे कोल, दो केस इहो जिहे आए ने जिन्हां नू एयरपोर्ट तों वापस भेज दित्ता। सितंबर दा वीजा लग्या होया, मई दे विच जा रहे हां, वीजा ऑफिसर नू ए वी नहीं कि टोरंटो दा कॉलेज है ते वैनकूवर जा रहे हां, टोरंटो दा कॉलेज है टोरंटो जा रहे हां दोनों बच्चे, वीजा ऑफिसर नू ए सैटिस्फाई नहीं कर सके कि मई जून जुलाई अगस्त ते सितंबर च क्लासां शुरू होनियां ने, 5 4 महीने पए ने, 4 महीने पहलां तुसी एंटर क्यों कर रहे हो कैनेडा दे विच। ये चीज़ा वाकई काउंट कर दी ने, बहुत वधिया तुसी पॉइंट लिया। एक जाना चाहिए कि नहीं जाना चाहिए? बिल्कुल भी नहीं जाना चाहिए, कैपिटल NO, नो, याद रखियो मेरी गल, बच्चों की जिंदगी नाल ना खेडो। सिर्फ 5 दिन, 10 दिन, 15 दिन, हद तो हद 10 दिन पहला अपने बच्चे भेजो, जिहड़े फिर बच्चों उही सोचता नहीं भी 4 महीने इत्थे पै काम कमा करना लांगे। जी, काम करना। होर थोनू की लगता पंजाबी उत्थे जाके कि देखो अलाउड नहीं आ, लीगली अलाउड नहीं आ किते काम, 4 महीने कैनेडा दे विच रहना बिना पढ़ाई तो बिना काम कीते तो किहड़ा साडी इत्थे पिट्ठ महाराजा पटियाले नाल लगदी है, वी उत्थे 4 4 महीने अपने बच्चियां नू रखना। तुसी चंडीगढ़ दे विच, चंडीगढ़ दे विच आके 5 दिन, 10 दिन, 1 महीना वैसे ही रह के दिखा के जाके दिखाओ, जे ना 50,000 नू हथ लग जावे, वो तां कैनेडा है जी, चंडीगढ़ नालों सस्ता है नहीं, दिल्ली बॉम्बे नालों तां सस्ता है नहीं, करना की है 4 महीने पहले जाके। आखे जी सर वो सोच हो जाती भी वीजा लग गया हूँ, वर्क परमिशन हैगी है 20 घंटे की, बट ये नहीं पता उस दिन तो जिस दिन क्लासा शुरू होनी फिर है। बहाने सुनो जी, मैं पूछा उसकी मदर आई हुई सी नाल लड़के की जिदा वीजा रिजेक्ट होया, मैं पूछा हाँ जी नहीं है पुत, असी सोचा थोड़ा कैनेडा देख लूगा चंगी तरह, कैनेडा नू घूम लूगा चंगी तरह, घूमन नू देखन नू, दसो उहदे च इहो जिहा की है, सारी जिंदगी उत्थे ही रहना, 2 साल दा जिहड़ा इहनू वीजा मिलिया उहदे च इहने घूमना ही सी, हुण मैनू नहीं पता, मैं लड़ रहा हां, फाइल फाइल बनाऊंगा, केस करूंगा, दुबारा लगूगा मैनू नहीं पता हुण दुबारा री एंट्री होगी या नहीं होगी, सारा मैनू वीजा हाई कमीशन दे नाल कम्यूनीकेट करना पैना आ। पर ये विचों ही गल ये आ गई, मैं तुहानू दसनी चाहुंदा सी, जिहड़े जिहड़े बच्चियां दा वीजा लग गया जां लगदा जा रिहा, बिल्कुल भी गलती ना करियो पहलां जाण दी, उत्थे कोई भी सिर फिरया, कोई भी कुछ बैठा होया, कोई थोड़ा ना थोड़ा थोड़ी गल नहीं समझ लगी, तुसी कन्विंस नहीं कर पाए,
सीधा एयरपोर्ट तो वापस, और उस तो बाद पता नहीं जा पाओगे नहीं, जे पहुंच भी गए उत्थे उत्थे जाके काम करते फड़े गए। होर देखो मैं तुम्हें दस रहा, एक याद रखियो मेरी गल, पंजाबियों नू मारन वाले पंजाबी ने भावें तुसी महाराजा रणजीत सिंह दे टाइम तो लै लो, भी अगर उत्थे पंजाब अज भी अगर कैनेडा दे विच कोई किसी का नुकसान कर लिया, मैं एक सीधी जी एग्जाम्पल दे दिना जी, सारे मेरे बेटियां वर्गे बेटे ने, हुंदा की है जी उत्थे जाके 10 मुंडिया 10 पांच सत मुंडिया दा 10 मुंडिया दा 5 सत कुड़ियां दा एक इकट्ठा जा ग्रुप बन जांदा जी। ग्रुप बन तो बाद वो फिर कट्ठे फिरदे ने महीना 2 महीने, उस तो बाद फिर उन्हां दी आपस विच लड़ाई हुंदी है जी, चाहे वह खाण पीन की वजह करके, चाहे कुड़ियां मुंडिया की वजह करके, किसी वजह करके आपस में लड़ाई हुंदी आ। 10 लग ते हुंदे आ, 5 लग ते 10 लग तो हो जाते हैं, राइट। फिर वो एक दूजे दी कंप्लेंट्स करते हैं, क्योंकि सारे नू एक दूजे का पता होंगे भी किने लूपहोल्स गलत पता काम होंगे किया, ने। लूज बोल पता होंगे ने किने गलत काम किया। साढ़े साढ़िया तो साढ़िया की इनफॉर्मेशन लेके $500 का इनाम दे के गोरे साढ़िया इनफॉर्मेशन लैके साढ़े बच्चों डिपोर्ट कर दिया। सो ये गलतियां ना करो। सो जेडे सैमीनार ने जी, सैमीनार्स से सारे जने जरूर आयो, अपने बच्चों नू भी हुण तां फ्री हो गए नाल लैके आयो, बच्चों माँ प्यो नू नाल लैके आयो एंड माँ प्यो बच्चों नू नाल लैके आयो, कल्ले कल्ले ना आयो, पहली गल जी। दूजी गल, डॉक्यूमेंट्स सारे फोटो कॉपी करवा के नोटरी की लोड़ नहीं नाल लैके आयो, मौके ते असैसमेंट होगी जी, मौके ते थोड़ी एडमिशन होगी, टाइम थोड़े कोल हुण, ये ना आखिरी है जी, ये लास्ट मौका ही आ, ये जिहड़े हुण असीं सैमीनार कर रहे हैं 10 तो लैके 15 तक ना अमन भाजी, ये आखिरी आखिरी मौका वो उन्हां लई, उन्हां महापुरशां लई, उन्हां महान शख्सियतां लई जिन्हां ने हजे तक अप्लाई नहीं किया, उन्हां लई असीं एक बार फिर तो मैं पर जगह थोड़े कोल आ रहे हैं। इत्थे तुहानूं एक चीज़ दसना चाहुंदा, पिछली शो दे विच वी असीं कहा सीगा वी मन लैनी चाहिए एक्सपर्ट की गल, जो कहिंदे ने भी कंडीशनल मंगा लो, जे तुहानूं अपने बच्चे का कॉन्फिडेंस हैगा, बच्चे नूं कॉन्फिडेंस है, चंगे मार्क्स आउणगे, चंगे आयल्स आ जाणगे स्कोर, तुसीं भेजना चाहुंदे हो तां मंगा लेनी चाहिए इस कंडीशनल ऑफर लैटर। आपां सीट ही नहीं बुक करवाउंदे तां कई वारी बच्चे का साल खराब हो जाता। सैमीनार्स दे विच वी इही गल्लां समझाईआं जांदीआं। अज कुछ बच्चे स्पैशली रिकॉर्डिंग करके मंगवाए गए जिन्हां ने ये गल्लां वल ध्यान दिता, गल्लां मनियां, ते अज उन्हां दा की कहना है, मैं वो बच्चों वाल थोड़ा जा थोड़ा ध्यान देना चाहना। तो संधु साहब जो थोड़ी इजाजत हो तो मैं वीडियो शेयर करना जरूर, चाहना जरूर। जी चलो आओ देखते हैं जी, वो बच्चों की कहते हैं। हेलो फ्रेंड्स, माय नेम इज रणजीत सिंह एंड सब तो पहला मैं रैफल जज ड्यूटी का बहुत बहुत धन्यवाद करना चाहना, क्योंकि इन्होंने मेरा कैनेडा का वीजा लगवाया। दिस इज स्माइल फ्रॉम जॉर्जन कॉलेज बैरी ओंटारियो एंड आई एम इन ऑप्टिशनरी कोर्स एंड आई अप्लाइड फॉर माय कैनेडा वीजा फ्रॉम रैफल जज ड्यूटी एंड सुवर्ण सिंह संधु इज अ वेरी गुड कंसल्टेंट and he the staff of working over there is also very nice, the service provided by them is very good and the course that the Swayam Singh Sandhu gave me is also very nice. Now I am working as a student of patient in I Opticals Mrs. Ella Brampton and no doubt the working is good, the staff is good, Raffles as you say I think is one of the best consulting institute for every student and the students that have applied from the Raffles University are now well settled and I will guide the students that they should apply from the Raffles University. Swayam Singh Sandhu, he guides in a very good way, so because of him I am now here and working as a student teacher in my own field. Okay, so thank you Swayam Singh Sandhu for giving me such a guidance. Okay, thank you. Bye bye. नमस्ते जी, मेरा नाम नवदीतपाल सिंह, मैं शहर पटियाले तो मैं प्लस टू की सी, तो मैं कनेडा लई वीज़ा अप्लाई किया रैफल्स तो। मैंने रैफल्स बारे एक अपने दोस्त तो पता लगा तो उन्होंने कहा कि एक बहुत वधिया काउंसलर ने, उन्होंने कोल कॉलेजिस की चॉइस भी वादू है, तो वधिया सारा प्रोसैस है उन्होंने, तो मैं उन्होंने को आया तो मैं बहुत वधिया लगा हुआ आके टीच जो काउंसलर्स ने सारे वधिया ने बहुत चॉइसिस दी मैंने कॉलेज दी, नाले मैंने चंगी तरह गाइड भी किया कि तू ए स्ट्रीम की हुई है तो अगे आ कोर्स करो ज इस कॉलेज जा, तो जो उन्होंने कॉलेज दिता वह भी बहुत वधिया फैंशो कॉलेज है मेरा, तो कंप्यूटर सिस्टम टेक्नोलॉजी कोर्स है, बहुत वधिया चीज़ है, नाले हरेक चीज़ से हरेक स्टैप से इन्होंने रैफरेंस वालों मैं पूरी गाइडेंस मिली, हरेक पूरी केयरिंग से, हर हर गल फोन चकते होंगे
ਨਾਲੇ ਚੰਗੀ ਤਰ੍ਹਾਂ ਇਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਇਹਨਾਂ ਕਰਕੇ ਮੈਨੂੰ 3 ਦਿਨਾਂ ਦੇ ਅੰਦਰ ਮੈਨੂੰ ਆਪਣਾ ਵੀਜ਼ਾ ਮਿਲ ਗਿਆ। ਸ਼ਸ਼ੀਕਾ ਸਰ, ਸ਼ਸ਼ੀਕਾ ਸੁਖਦੀਪ। ਸੋ ਸੁਖਦੀਪ, ਨਾਓ ਹਾਊ ਯੂ ਫੀਲ ਦੈਟ ਆਨ ਵੀਜ਼ਾ ਆਇਆ ਹੈ? ਤੁਹਾਨੂੰ ਪਹਿਲੀ ਵਾਰ ਬਹੁਤ ਤੁਹਾਨੂੰ ਵਧਾਈਆਂ ਹੋਣ। ਤੁਹਾਡਾ ਪਹਿਲਾ ਵੀਜ਼ਾ ਰਿਜੈਕਟ ਹੋ ਗਿਆ ਸੀਗਾ, ਤੁਸੀਂ ਦੁਬਾਰਾ ਤੋਂ ਰੈਫਰ ਸੈਂਡ ਸੋ ਤੁਸੀਂ 5 ਪ੍ਰੋਸੀਡ ਕੀਤੀ। ਸੋ ਮੈਨੂੰ ਦੱਸੋ ਤੁਸੀਂ ਕਿਵੇਂ ਦਾ ਫੀਲ ਕਰ ਰਹੇ ਹੋ? ਮੈਮ, ਮੈਂ ਬਹੁਤ ਹੀ ਫੀਲ ਕਰ ਰਹੀ ਹਾਂ ਕਿਉਂਕਿ ਰੈਫਰ ਸੈਂਡ ਕਰਕੇ ਮੇਰਾ ਦੁਬਾਰਾ ਵੀਜ਼ਾ ਹੈ, ਕਿਉਂਕਿ ਜਨਵਰੀ ਇਨਟੇਕਸ ਮੈਂ ਪਹਿਲਾਂ ਫਾਈਲ ਲਗਵਾਈ ਸੀ, ਮੇਰਾ ਵੀਜ਼ਾ ਰਿਜੈਕਟ ਹੋ ਗਿਆ। ਉਸ ਟਾਈਮ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਕਦੇ ਕੈਨੇਡਾ ਹੀ ਨਹੀਂ ਜਾ ਪਾਊਂਗੀ, ਬਟ ਮੈਂ ਉਦੋਂ ਰੈਫਰ ਸੈਂਟ ਇਤਨੇ ਕੰਟੈਕਟ ਕੀਤਾ, ਬਟ ਸਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਅੱਜ ਮੈਂ ਕੈਨੇਡਾ ਦਾ ਵੀਜ਼ਾ ਹੈ ਮੇਰੇ ਕੋਲ। ਸਾਰਿਆਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਹਰ ਇੱਕ ਚੀਜ਼ ਬੜੀ ਡਿਟੇਲ ਨਾਲ ਦੱਸੀ। ਮੈਂ ਟੀਚਰਸ ਨੇ ਬੜੇ ਹਰ ਸਟੈਪ ਬਾਏ ਸਟੈਪ ਬੜਾ ਵਧੀਆ ਗਾਈਡ ਕਰਦੇ ਸੀ ਤੇ ਅੱਜ ਉਹਨਾਂ ਰੈਫਰ ਸੈਂਟ ਕਰਕੇ ਅੱਜ ਮੇਰਾ ਵੀਜ਼ਾ ਆਇਆ ਹੈ। ਸੋ ਆਈ ਐਮ ਫੀਲਿੰਗ ਸੋ ਹੈਪੀ ਤੇ ਸੰਧੂ ਸਰ ਦੇ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਹੈਲਪ ਕੀਤੀ। ਹਾਂਜੀ ਸਰ, ਤੁਸੀਂ ਸਰ ਕਿੰਝ ਫੀਲ ਕਰ ਰਹੇ ਬੇਟੀ ਦਾ ਵੀਜ਼ਾ ਆਇਆ? ਸੋ ਹਾਂਜੀ, ਤੁਸੀਂ ਬਹੁਤ ਵਧੀਆ ਫੀਲ ਕਰਦੇ ਆ ਜੀ। ਪਹਿਲੀ ਵਾਰ ਸਾਡਾ ਵੀਜ਼ਾ ਰਿਜੈਕਟ ਹੋ ਗਿਆ ਸੀ ਜੀ, ਇਸ ਵਾਰ ਵੀਜ਼ਾ ਆ ਗਿਆ ਜੀ। ਇਹ ਅਸੀਂ ਸਾਰੇ ਸਟਾਫ ਦਾ, ਸਾਰੇ ਸੰਧੂ ਸਾਹਿਬ ਦਾ, ਸਾਰੇ ਮੈਡਮਾਂ ਦਾ, ਸਾਰੇ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਚੰਗੀ ਕੇਅਰ ਕਰਕੇ ਸਾਡੀ ਫਾਈਲ ਚੰਗੀ ਕੇਅਰ ਕਰਕੇ ਓਵੈਸੀ ਵਿੱਚ ਲੈ ਕੇ ਆਏ ਜੀ। ਓਵੈਸੀ ਲਗਾਉਣ ਕਰਕੇ, ਇਸ ਕਰਕੇ ਸਾਡਾ ਦੁਬਾਰਾ ਵੀਜ਼ਾ ਆ ਗਿਆ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਫਰੈਂਡਸ, ਮਾਈ ਨੇਮ ਇਜ਼ ਨਵਜੋਤ ਸਿੰਘ। ਮੈਂ ਰੈਫਰ ਇੰਸਟੀਟਿਊਟ ਤੋਂ ਜੋਰਜਨ ਕਾਲਜ ਲਈ ਅਪਲਾਈ ਕੀਤਾ ਹੈ, ਆਪਰੇਸ਼ਨਲੀ ਮੈਂ ਕੋਰਸ ਲਿਆ। ਪਹਿਲਾਂ ਤਾਂ ਮੈਂ ਕਈ ਕੰਸਲਟੈਂਟਸ ਕੋਲੋਂ ਮਤਲਬ ਆਪਦੀ ਟ੍ਰਾਈਲਿੰਗ ਦੀ ਕਾਉਂਸਲਿੰਗ ਕਰਾਈ, ਬਟ ਉਹਨਾਂ ਨੇ ਮੈਨੂੰ ਰਿਜੈਕਟ ਕਰਤਾ, ਕਹਿੰਦੇ ਵੀ ਨਹੀਂ, ਕੈਨੇਡਾ ਦਾ ਨਹੀਂ ਹੋ ਸਕਦਾ ਗਾ। ਉਹਨਾਂ ਨੇ ਮੈਨੂੰ ਨਿਊਜ਼ੀਲੈਂਡ, ਆਸਟ੍ਰੇਲੀਆ ਔਰ ਕੰਟਰੀਜ਼ ਬਾਰੇ ਕਿਹਾ, ਪਰ ਜਦੋਂ ਮੈਂ ਸੰਧੂ ਸਰ ਨੂੰ ਮਿਲਿਆ, ਸੰਧੂ ਸਰ ਨੇ ਅਸੈਸਮੈਂਟ ਕਰਕੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਐਂਡ ਆਪਰੇਸ਼ਨਲੀ ਕੋਰਸ ਦਿੱਤਾ। ਇਹਦੀ ਸਪੈਸ਼ਲਿਟੀਜ਼ ਦੱਸੀਆਂ ਕਿ ਮੈਂ ਇਹਦੇ ਬੈਨੀਫਿਟਸ ਲੈ ਸਕਦਾ ਕੋਰਸ ਦੇ, ਐਂਡ ਮੈਨੂੰ ਉਹਨਾਂ ਦੀ ਕਾਉਂਸਲਿੰਗ ਬਹੁਤ ਵਧੀਆ ਲੱਗੀ। ਸੋ ਉਦੋਂ ਬਾਅਦ ਫਿਰ ਮੈਂ ਆਪਦਾ ਕੋਰਸ ਹੋ ਗਿਆ, ਆਪਦੀ ਫਾਈਲਿੰਗ ਦਾ ਪ੍ਰੋਸੈਸ ਸ਼ੁਰੂ ਕਰਵਾਇਆ, ਐਂਡ ਪਹਿਲਾਂ ਆਈਲੈਟਸ ਵੀ ਉੱਥੋਂ ਆਪਦੇ ਸਿਟੀ 'ਚ ਹੀ ਕੋਚਿੰਗ ਲਈ ਸੀ, ਬਟ ਮੇਰੇ 5.5 ਬੈਂਡ ਜੈਨ ਕਰਕੇ ਮੈਂ ਉਦੋਂ ਜਨਵਰੀ ਬੈਚ ਨਹੀਂ ਜਾ ਸਕਿਆ, ਬਟ ਜੋ ਸੰਧੂ ਸਰ ਨੇ ਕਿਹਾ ਕਿ ਇੱਥੋਂ ਕੋਚਿੰਗ ਲੈਣੀ ਚਾਹੀਦੀ ਹੈ, ਸੋ ਮੈਂ ਉਹਨਾਂ ਦੀ ਗੱਲ ਮੰਨ ਕੇ ਇੱਥੋਂ ਕੋਚਿੰਗ ਲਈ, ਐਂਡ ਮੈਂ ਵੇਖਿਆ ਕਿ ਟੀਚਰ ਬਹੁਤ ਵਧੀਆ ਨੇ, ਬਹੁਤ ਕੋਆਪਰੇਟਿਵ ਐਂਡ ਹੈਲਪਫੁਲ ਨੇ। ਸੋ ਮੈਂ ਮੇਰੇ ਟੀਚਰ ਦੀ ਕਿਰਪਾ ਨਾਲ 6.5 ਬੈਂਡ ਸਕੋਰ ਕੀਤੇ, ਐਂਡ ਸੋ ਫਾਈਨਲੀ ਮੈਂ ਉਹਦਾ ਵੀਜ਼ਾ ਲਿਆ। ਐਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਵੀਜ਼ਾ 6 ਡੇਜ਼ ਦੇ ਵਿੱਚ ਲੈ ਲਿਆ। ਇਟਸ ਰੀਅਲੀ ਅਮੇਜ਼ਿੰਗ, ਰੈਪਰੈਜ਼ੈਂਟ ਇਜ਼ ਲਾਈਕ ਅ ਗੋਡ ਫਾਰ ਮੀ। ਸਤਿ ਸ਼੍ਰੀ ਅਕਾਲ ਜੀ, ਮਾਈ ਨੇਮ ਇਜ਼ ਰੋਸਪ੍ਰੀਤ ਕੌਰ ਐਂਡ ਆਈ ਐਮ ਫਰੋਮ ਅੰਮ੍ਰਿਤਸਰ। ਐਂਡ 2015 ਵਿੱਚ ਮੈਂ ਪਲੱਸ ਟੂ ਕੀਤੀ ਸੀ, ਐਂਡ ਉਸ ਤੋਂ ਬਾਅਦ ਮੈਂ ਫੋਰਨ ਜਾਣ ਬਾਰੇ ਸੋਚਿਆ, ਐਂਡ ਮੈਂ ਬਹੁਤ ਸਾਰੀ ਕੰਟਰੀ ਜਿਵੇਂ USA ਐਂਡ ਕੈਨੇਡਾ ਵਾਸਤੇ ਸੋਚਿਆ, ਬਟ ਆਫਟਰ ਦੈਟ ਮੇਰਾ ਫਾਈਨਲ ਡਿਸੀਜ਼ਨ ਇਹ ਸੀ ਕਿ ਮੈਂ ਕੈਨੇਡਾ ਵਾਸਤੇ ਅਪਲਾਈ ਕਰਾਂ। ਐਂਡ ਕਿਉਂਕਿ ਮੋਸਟ ਆਫ ਦਾ ਥਿੰਗ ਦਾ ਮੇਨ ਥਿੰਗ ਇਜ਼ ਦੈਟ ਕਿ ਸਾਨੂੰ ਸਭ ਤੋਂ ਵਧੀਆ ਏਜੰਟ ਇਸ ਚੀਜ਼ ਲਈ ਲੱਭਣਾ ਬਹੁਤ ਜ਼ਰੂਰੀ ਸੀ। ਐਂਡ ਆਫਟਰ ਦੈਟ ਮੈਂ ਆਪਣੇ ਫਰੈਂਡਸ ਐਂਡ ਨੀਅਰ ਐਂਡ ਡੀਅਰ ਵਾਂਸ ਕੋ ਪੁੱਛਿਆ, ਐਂਡ ਉਸ ਤੋਂ ਬਾਅਦ ਮੈਨੂੰ ਰੈਫਰਸ ਐਜੰਸੀ ਬਾਰੇ ਬਹੁਤ ਸਾਰੇ ਫਰੈਂਡਸ ਨੇ ਸੁਜੈਸਟ ਕੀਤਾ। ਐਂਡ ਮੋਰ ਓਵਰ ਮੈਂ ਸਰ ਨੂੰ ਵੀ ਟੀਵੀ ਤੇ ਬਹੁਤ ਵਾਰ ਦੇਖਿਆ ਸੀ, ਬਟ ਮੈਨੂੰ ਕਨਫਰਮ ਨਹੀਂ ਸੀ ਕਿ ਇਹ ਬਹੁਤ ਵਧੀਆ ਏਜੰਟ ਹਨ, ਜਾਂ ਫਿਰ ਸਿੰਪਲੀ ਮੈਨੂੰ ਲੱਗਾ ਸੀ ਕਿ ਹੋਰ ਵੀ ਇਸ ਏਜੰਟ ਦੀ ਤਰ੍ਹਾਂ ਇਹ ਵੀ ਟੀਵੀ ਤੇ ਆਉਂਦੇ ਨੇ, ਬਟ ਬਾਅਦ ਵਿੱਚ ਮੈਂ ਇਹਨਾਂ ਕੋਲ ਗਾਈਡੈਂਸ ਲਈ, ਐਂਡ ਇਹਨਾਂ ਦੀ ਗਾਈਡੈਂਸ ਬਹੁਤ ਹੀ ਵਧੀਆ ਮੈਨੂੰ ਲੱਗੀ। ਐਂਡ ਮੈਂ ਫਿਰ ਇੱਥੋਂ ਅਪਲਾਈ ਆਪਣਾ ਵੀਜ਼ਾ ਅਪਲਾਈ ਕੀਤਾ, ਐਂਡ ਵਿਦ ਇਨ 9 ਡੇਜ਼ ਮੈਂ ਆਪਣਾ ਵੀਜ਼ਾ ਇਹਨਾਂ ਤੋਂ ਲਿਆ, ਐਂਡ ਟੂਡੇ ਆਈ ਐਮ ਵੈਰੀ ਹੈਪੀ। ਐਂਡ ਮੈਂ ਇਹਨਾਂ ਦੇ ਸਟਾਫ ਦੀ ਵੀ ਬਹੁਤ ਤਾਰੀਫ ਕਰਨਾ ਚਾਹਾਂਗੀ, ਕਿਉਂਕਿ ਇਹਨਾਂ ਨੇ ਬਹੁਤ ਸੋਹਣਾ ਮੈਨੂੰ ਗਾਈਡ ਕੀਤਾ, ਐਂਡ ਮੈਂ ਓਨਟਾਰੀਓ ਵਿੱਚ ਅਪਲਾਈ ਕੀਤਾ ਸੀ ਤੇ ਐਂਡ ਟੂਡੇ ਆਈ ਗੈਟ ਮਾਈ ਵੀਜ਼ਾ, ਐਂਡ ਥੈਂਕ ਯੂ ਸੋ ਮਚ। ਸੋ ਇਹ ਸੀ ਜੀ ਕੁਛ ਬੱਚੇ ਜਿਨ੍ਹਾਂ ਨੇ ਐਕਸਪਰਟ ਦੀ, ਸਾਡੇ ਸਵਰਨ ਸੰਧੂ ਜੀ ਦੀ ਰਾਏ ਮੰਨੀ, ਅਪਲਾਈ ਕੀਤਾ ਤੇ ਅੱਜ ਵੀਜ਼ਾ ਲੈ ਕੇ ਤੁਹਾਡੇ ਨਾਲ ਆਪਣੀ ਖੁਸ਼ੀ, ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਸੀ। ਸਮਝੋ ਕੀ ਕਹਿਣਾ ਇਹਨਾਂ ਬੱਚਿਆਂ ਬਾਰੇ ਜਿਨ੍ਹਾਂ ਨੇ ਆਹ ਚੀਜ਼ਾਂ ਕੀਤੀਆਂ ਤੇ ਅੱਜ ਇੱਕ ਖੁਸ਼ੀ ਮਾਰੇ ਹਰ ਚੀਜ਼ ਆਪਣੀ ਸ਼ੇਅਰ ਕਰ ਰਹੇ ਨੇ। ਜਨਰਲੀ ਸਾਡੀ ਆਦਤ ਹੈ ਜੀ ਪੰਜਾਬੀਆਂ ਦੀ, ਹਰ ਕੰਮ ਲੇਟ ਕਰਨਾ, ਭਾਵੇਂ ਪੜ੍ਹਾਈ ਦਾ ਟਾਈਮ ਹੋਵੇ, ਬੱਚਿਆਂ ਨੇ ਮਹੀਨਾ ਪਹਿਲਾਂ ਕਿਤਾਬਾਂ ਚੱਕਣੀਆਂ ਹੁੰਦੀਆਂ ਨੇ, ਭਾਵੇਂ ਅਸੀਂ ਵਿਆਹ ਰੱਖਿਆ ਹੋਵੇ ਘਰੇ 15 ਦਿਨ ਪਹਿਲਾਂ ਹੀ ਤਿਆਰੀਆਂ ਹੋਣੀਆਂ ਨੇ, ਭਾਵੇਂ ਅਸੀਂ 4 ਦਿਨਾਂ ਬਾਅਦ ਵਾਂਢੇ ਜਾਣਾ ਹੋਵੇ, ਇੱਕ ਦਿਨ ਰਾਤ ਨੂੰ ਪਹਿਲੀ ਰਾਤ 12 ਵਜੇ ਤੱਕ ਜਾ ਕੇ ਪੈਕਿੰਗ ਕਰਨੀ ਹੁੰਦੀ। ਬਿਲਕੁਲ ਸਹੀ, ਜਨਰਲੀ ਸਾਡੀ ਆਦਤ ਹੈ ਜੀ, ਕੀ ਕਰੀਏ, ਖੂਨ 'ਚ ਹੀ ਐਵੇਂ ਦਾ ਹੋਇਆ ਹੋਇਆ। ਪਰ ਇਸ ਆਦਤ ਨੂੰ ਕੁਛ ਬੱਚਿਆਂ ਨੇ, ਕੁਛ ਲੋਕਾਂ ਨੇ ਪਿੱਛੇ ਛੱਡਿਆ। ਅੱਜ ਹੁਣ ਅਸੀਂ ਸੈਮੀਨਾਰ ਕਰਨ ਜਾ ਰਹੇ ਹਾਂ, ਆਹ ਹੁਣ ਮੈਂ ਪਿਛਲੇ ਹਫ਼ਤੇ ਜਿਹੜੇ ਸੈਮੀਨਾਰ ਕੀਤੇ ਨੇ,
अज भी कुछ बच्चे एहोजी आ रहे ने जिहड़े 2015 दे पास आउट ने और ऑफर लैटर लई हजे तक अप्लाई नहीं कीता। अच्छा सर एक तज्जी होर है, 2015 पास आउट आले ऑफर लैटर दा अप्लाई नहीं कीता, उन्होंने किसी स्टडी दे विच भी परस्यूइंग कंटिन्यू नहीं कीती ओदे स्टडी? नहीं कीती जी, जे कीती भी होई ना, कईयां ने कीती होई, ओह कहणगे जी साडे बच्चे दी ना कंटिन्यू असीं दिखा दांगे। याद रखियो अगर तुहाडे बच्चे 15 पास आउट ने और तुसीं उन्दी 16 दे विच नाल नाल किते एडमिशन करवाई होई है और ये सोची बैठे हो कि ये दिखा दांगे असीं कि एक साल पढ़ रहे नैगेटिव आ, अगर ये दिखाता कि यह कंटिन्यू इहदी स्टडीज इत्थे भी आ और फिर सच्ची वीजा जो मिलता है वह भी वीजा नहीं मिलना, क्योंकि उन्होंने कहना पहले अपनी जिहड़ियां स्टडीज ने इधर कंप्लीट करो, पहले कंप्लीट करो, कंप्लीट करो। सो हजे भी कुछ बच्चे तो यहोजे ने जी, अजे में तुसीं देखिया सितंबर दे वीजे मई दे विच लैके निश्चिंत होकर वेले बैठे ने और तीन तीन चार चार महीने का अपनी तैयारी कर रहा है, कोई कुकिंग सीख रहा, कोई कंप्यूटर सीख रहा, कोई बिजनेस मैनेजमेंट दी स्किल सीख रहा, और कुछ यहोजे मात्र बंदे ने जिन्होंने हजे बेचारे ने ऑफर लैटर अपलाई नहीं की और आईलेट्स की सीट तक नहीं ली। सो आखिरी टाइम है जी, आखिरी मौका जान दा सितंबर दा, सितंबर 16 दा ए लास्ट मौका है जी, ए सेमिनार जिहड़े असीं पंज कर रहे हां इन्हां दे विच आके अपनियां रजिस्ट्रेशन कर के, हजे भी कुछ कॉलेजेस दे विच कुछ सीटां बचियां पईयां ने, जिहड़े बच्चे कुछ क्वालीफाई नहीं कर पाए, जिन्हां दी आईलेट्स नहीं रहा होया, किसी दी कंपार्टमेंट आ गई, वह कुछ सीटां साडे कोल बचियां ने, उही सीटां नूं भरन लई अज असीं जगह जगह थोड़े कोल आ रहे हां। सो जरूर इस इहदा फायदा लो जी, जरूर इन्हां सेमिनार्स दा लाहा लो साडे मिलके। सो मैं एक बार दस दिना जी, 10 तरीक जलंधर वेन्यू चल रहे हैं, तुसी उत्थे नोट कर सकते हो या जिहड़ा नंबर टीवी स्क्रीन ते है उहदे अपॉइंटमेंट ली जा सकती है। 11 तरीक मोगा, 12 नूं बठिंडा, 13 अमृतसर, 14 लुधियाना, इन्हां शहरां दे विच स्वरण संधू जी आप आउणगे, तुसी इत्थे मिल सकते हो, अपने बच्चे संबंधी, अपने उहनां दी प्रोफाइल संबंधी, असैसमेंट संबंधी कोई गलबात करनी है मिलकर कीता जा सकता। सो शो का समा नहीं अलाउ कर रहा जी, बट उम्मीद करते हैं जो वो जानकारी थोड़े तक चाहे न्यूजीलैंड है, आस्ट्रेलिया या कैनेडा पहुँचा पाए होवांगे। इस उम्मीद के नाल नैक्सट शो के फिर सद्दा देंगे तो नवे सवाल जवाब जो थोड़े साढ़े तक पहुँचे, सवाल अही जवाब फिर सौरभ संधु जी तो लाँगे। अज के शो के आने लिये सर धन्यवाद, सत श्रीकाल जी सारे, धन्यवाद सारी दर्शकों का, टैक्नीकल टीम का, तो खासकर उन्होंने स्टूडेंट्स का जोड़े बड़े प्यार अपने सवाल भेजते हैं, इस उम्मीद के नाल असी उन्होंने जवाब भी देंगे, तो असी कोशिश करते हैं हर सवाल का जवाब देने की। सो उन्हों का बहुत बहुत धन्यवाद, अज के शो में इतने खत्म करते हैं, अपने दोस्तों ने दे इजाजत, धन्यवाद, सत श्रीकाल।